ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਮਹੀਨੇ ਅਤੇ ਦਿਸ਼ਾਵਾਂ ਸਿੱਖਾਂਗੇ। ਟੁਡੇ ਵੀ ਵਿਲ ਲਰਨ ਹਾਊ ਟੂ ਪ੍ਰੋਨਾਊਂਸ ਮੰਥ ਐਂਡ ਡਾਇਰੈਕਸ਼ਨ ਇਨ ਪੰਜਾਬੀ। ਅੱਜ ਜਨਵਰੀ ਪੰਜਾਬੀ ਵਿੱਚ ਜਨਵਰੀ, ਫੈਬਰੀ ਪੰਜਾਬੀ ਵਿੱਚ ਫਰਵਰੀ, ਮਾਰਚ ਨੂੰ ਪੰਜਾਬੀ ਵਿੱਚ ਮਾਰਚ ਹੀ ਕਹਿੰਦੇ ਆ, ਅਪ੍ਰੈਲ ਪੰਜਾਬੀ ਵਿੱਚ ਅਪ੍ਰੈਲ, ਮਈ ਪੰਜਾਬੀ ਵਿੱਚ ਮਈ, ਜੂਨ ਨੂੰ ਪੰਜਾਬੀ ਵਿੱਚ ਵੀ ਜੂਨ ਹੀ ਕਹਿੰਦੇ ਨੇ, ਜੁਲਾਈ ਪੰਜਾਬੀ ਵਿੱਚ ਜੁਲਾਈ, ਔਗਸਤ ਪੰਜਾਬੀ ਵਿੱਚ ਅਗਸਤ, ਸਪਟੈਂਬਰ ਪੰਜਾਬੀ ਵਿੱਚ ਸਤੰਬਰ, ਅਕਤੂਬਰ ਪੰਜਾਬੀ ਵਿੱਚ ਅਕਤੂਬਰ, ਨਵੰਬਰ ਪੰਜਾਬੀ ਵਿੱਚ ਨਵੰਬਰ, ਦਸੰਬਰ ਪੰਜਾਬੀ ਵਿੱਚ ਦਸੰਬਰ। ਆਓ ਹੁਣ ਦਿਸ਼ਾਵਾਂ ਸਿੱਖੀਏ। Now let's learn directions. North ਪੰਜਾਬੀ ਵਿੱਚ ਉੱਤਰ, South ਪੰਜਾਬੀ ਵਿੱਚ ਦੱਖਣ, East ਨੂੰ ਪੰਜਾਬੀ ਵਿੱਚ ਪੂਰਬ ਕਹਿੰਦੇ ਹੈ, West ਨੂੰ ਪੰਜਾਬੀ ਵਿੱਚ ਪੱਛਮ ਕਹਿੰਦੇ ਹੈ, West right ਸੱਜਾ, right left ਖੱਬਾ, up ਉੱਪਰ, below or down ਨੂੰ ਪੰਜਾਬੀ ਵਿੱਚ ਥੱਲੇ ਕਹਿੰਦੇ ਹੈ, front ਅੱਗੇ, behind ਪਿੱਛੇ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦੇਣਾ।